ਸੋ ਹੇ ਗਾਈਜ਼, ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅਤੇ ਅੱਜ ਦਾ ਵਲੋਗ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਮਤਲਬ ਨੋਰਮਲ ਮੇਰਾ ਡੇਲੀ ਰੂਟੀਨ ਵਲੋਗ ਹੀ ਹੋਊਗਾ, ਪਰ ਸ਼ਾਇਦ ਵਿੱਚ ਕੁਝ ਸਪੈਸ਼ਲ ਵੀ ਅਸੀਂ ਕਰ ਲਈਏ। ਅਤੇ ਤੁਸੀਂ ਸਾਰੇ ਵਲੋਗ ਦੇ ਨਾਲ ਲਾਸਟ ਤੱਕ ਜ਼ਰੂਰ ਬਣੇ ਰਹੋ, ਅਤੇ ਜੇ ਵਲੋਗ ਵਧੀਆ ਲੱਗੇਗਾ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ। ਅਤੇ ਹੁਣ ਅਸੀਂ ਵਲੋਗ ਸਟਾਰਟ ਕਰਦੇ ਹਾਂ। ਮੰਮਾ, ਹਾਂਜੀ, ਆ ਕੀ ਕਰਦੇ ਪਏ ਹੋ ਹੈਂਗਰ ਫੜ ਕੇ? ਮੈਂ ਤੇਰਾ ਜਿਹੜੇ ਸਮਾਨ ਆਇਆ, ਤੇਰਾ ਕੱਪੜੇ ਲੈ ਕੇ ਆਈ ਆ, ਉਹ ਮੈਂ ਹੁਣ ਸੈੱਟ ਕਰਕੇ ਰੱਖਣ ਲੱਗੀ ਆ। ਅੱਛਾ, ਅਲਮਾਰੀ ਵਿੱਚ। ਠੀਕ ਹੈ, ਸੈੱਟ ਕਰਕੇ ਤੇ ਰੱਖਦਾ ਹੁਣ। ਓਕੇ, ਸਾਰੇ ਧੋ ਲਵਾਂ, ਧੋ ਕੇ ਤੇ ਫੇਰ ਬਾਅਦ ਦੇ ਵਿੱਚ। ਰੋਜ਼ ਥੋੜੇ ਥੋੜੇ ਕਰੀ ਜਾਂਦੀ ਹੈ ਨਾ, ਹੁਣ ਟਾਈਮ ਤੇ ਨਾ ਹੁੰਦਾ ਨੀ। ਸਵੇਰੇ ਲਗਾ ਦੀ ਦੇ ਨੇ, ਮਸ਼ੀਨ ਦੇ ਵਿੱਚ ਪਾ ਦੀ ਦੇ ਨੇ, ਸ਼ਾਮ ਤੱਕ ਸੁੱਕ ਕੇ ਤੇ ਫੇਰ ਬਾਅਦ ਵਿੱਚ ਇਹ ਹੁੰਦਾ, ਫਿਰ ਅਲਮਾਰੀ ਦੇ ਵਿੱਚ ਸੈੱਟ ਕਰਦੀ ਹੈ ਚੰਗੀ ਤਰ੍ਹਾਂ। ਠੀਕ ਹੈ। ਅਤੇ ਵੈਸੇ ਇੱਧਰ ਖਲੇਰਾ ਖਲੂਰਾ ਕਾਫੀ ਪਿਆ ਹੋਇਆ, ਸਮਾਨ ਪਿਆ ਹੋਇਆ ਇਹਦੇ ਵਿੱਚ ਸਾਡਾ, ਜਿਹੜਾ ਸਾਡਾ ਆਪਣਾ ਕੰਮ ਹੈ। ਅਤੇ ਇਹਦੇ ਓਨਰ ਨੇ, ਇਹ ਤੁਹਾਡੇ ਸਾਹਮਣੇ ਖੜੇ ਆ, ਹੈ ਓਨਰ? ਹਾਂਜੀ ਹਾਂਜੀ। ਅਤੇ ਤੁਸੀਂ ਅੱਜ ਧੁੱਪੇ ਨਹੀਂ ਪੈਣਾ? ਨਹੀਂ। ਕਿਉਂ? ਜਾਣਾ ਨਾ ਫਿਰ, ਮੈਂ ਕੰਮ 'ਤੇ ਜਾਣਾ ਹੈਗਾ। ਅੱਛਾ, ਥੋੜ੍ਹੀ ਦੇਰ ਬਾਅਦ ਫਿਰ। ਅਤੇ ਪਾਪਾ ਨੂੰ ਮੰਮਾ ਨੇ ਕੰਮ 'ਤੇ ਭੇਜ ਦਿੱਤਾ ਹੋਇਆ। ਵੈਸੇ ਕਾਫੀ ਲੋਕਾਂ ਦੇ ਪਹਿਲੇ ਵੀ ਕਮੈਂਟ ਆਉਂਦੇ ਸੀਗੇ ਕਿ ਤੁਹਾਡੇ ਮੰਮਾ ਪਾਪਾ ਦੋਨੋਂ ਇਕੱਠੇ ਕੰਮ ਕਰਦੇ ਆ। ਉਹਦਾ ਰੀਜ਼ਨ ਤੁਹਾਨੂੰ ਹੁਣ ਪਤਾ ਲੱਗ ਹੀ ਚੁੱਕਿਆ ਕਿ ਸਾਡਾ ਆਪਣਾ ਕੰਮ ਹੈ, ਇਸ ਕਰਕੇ ਇਕੱਠੇ ਕਰਦੇ ਆ। ਅਤੇ ਚਲੋ ਤੁਸੀਂ ਕੰਮ ਕਰੋ, ਮੈਂ ਚੱਲੀ ਹਾਂ। ਠੀਕ ਹੈ, ਠੀਕ ਹੈ, ਜਾਓ। ਅਤੇ ਮੰਮਾ ਹੁਣ ਬਰਤਨ ਸਾਫ਼ ਕਰਦੇ ਪਏ ਆ। ਮੰਮਾ ਨੇ ਸਮਾਨ ਕੱਢਿਆ ਸੀ ਸਾਰਾ ਬੈਗ 'ਚੋਂ, ਹੈ ਮੰਮਾ? ਹਾਂਜੀ, ਸਮਾਨ ਕੱਢਿਆ, ਇੰਨੇ ਬਰਤਨ ਸਾਫ਼ ਕਰਨੇ ਪੈਂਦੇ ਪਏ ਆ। ਸਾਫ਼ ਪਤਾ ਲੱਗਦਾ ਪਿਆ, ਪਾਣੀ ਨਾਲ ਧੋ ਕੇ ਅਤੇ ਇੱਥੇ ਰੱਖਤੇ। ਪਹਿਲਾਂ ਰੋਟੀ ਖਾ ਲਈ, ਫਿਰ ਪਾਣੀ ਨਾਲ ਧੋ ਕੇ ਰੱਖਤੇ। ਕਿੰਨੇ ਬਰਤਨ ਤਾਂ ਸਾਨੂੰ ਵਿੱਚੋਂ ਮਿਲੇ ਹੀ ਨਹੀਂ, ਲੱਭੇ ਹੀ ਨਹੀਂ। ਕੋਈ ਗੱਲ ਨਹੀਂ ਮੰਮੀ, ਕੋਈ ਗੱਲ ਨਹੀਂ। ਮੇਰਾ ਮੇਕਅਪ ਦਾ ਕਿੰਨਾ ਸਮਾਨ ਵੀ ਨਹੀਂ ਸੀ ਹੈਗਾ, ਮੇਰੀ ਬੈਲਟ ਵੀ ਨਹੀਂ ਹੈਗੀ। ਕੋਈ ਗੱਲ ਨਹੀਂ, ਫਿਰ ਕੀ ਹੋਇਆ? ਚੁੱਪ ਚੁੱਪ ਲਈ ਹੋਣੀ ਕਿਸੇ ਨੇ। ਚਲੋ ਕੋਈ ਨਹੀਂ, ਨਵੇਂ ਲੈ ਲਾਂਗੇ ਆਪਾਂ, ਕੁਛ ਨਹੀਂ ਹੁੰਦਾ। ਅਤੇ ਹੁਣ ਤੁਸੀਂ ਬਰਤਨ ਵਗੈਰਾ ਸਾਫ਼ ਕਰ ਲਓ, ਫਿਰ ਭਈਆ ਨੇ ਆਉਣਾ ਹੈਗਾ। ਅੱਛਾ, ਹਾਂਜੀ, ਹੁਣ ਮੇਰੀ ਗੱਲ। ਅੱਛਾ, ਅਤੇ ਕਹਿੰਦੇ ਆਉਣਾ ਵਾ, ਮੈਂ ਤਾਂ ਮਾਸੀ ਨੇ ਵੀ ਆਉਣਾ। ਅੱਛਾ, ਠੀਕ ਹੈ, ਛੇਤੀ ਛੇਤੀ ਕਰ ਲਓ ਕੰਮ। ਕਰਦੀ ਪਈ ਹਾਂ ਮੈਂ ਤੇ। ਹੋਰ ਕੁਛ ਕਰਨਾ ਤਾਂ ਮੈਂ ਕਰਦਾ। ਨਹੀਂ, ਬਸ ਇਹੋ ਹੀ ਕੰਮ ਹੈਗਾ। ਮੈਂ ਕਿਹਾ ਸੀ ਚੱਲ ਕੱਪੜੇ ਥੋੜ੍ਹੇ ਜਿਹੇ ਕੱਢ ਲੈਂਦੇ, ਵਿੱਚ ਤੋਂ ਚਲੋ ਕੱਪੜੇ ਹੋਣੇ ਜਿਹੜੇ ਤੇਰੇ ਵਾਪਸ ਆਏ, ਸਾਰੇ ਦੁਬਾਰਾ ਤੋਂ ਧੋ ਕੇ ਰੱਖਣੇ ਨੇ। ਅਤੇ ਮੈਂ ਉਹ ਧੋਂਦੀ ਪਈ ਸੀ, ਰੋਜ਼ ਹੀ ਥੋੜ੍ਹੇ ਥੋੜ੍ਹੇ ਧੋਲੀਦੇ ਨੇ ਕੱਪੜੇ ਕੱਢੇ ਨੇ। ਅਤੇ ਮੈਂ ਕਿਹਾ ਜਿਹੜੇ ਬਰਤਨ ਜਿਹੜੇ ਨਿਕਲੇ ਨੇ ਵਿੱਚੋਂ, ਬਰਤਨ ਵੀ ਸਾਰੇ ਸਾਫ਼ ਕਰਕੇ ਰੱਖਾ, ਬਰਤਨ ਵੀ ਉੱਥੇ ਪਾਣੀ ਦਾ ਨਹੀਂ, ਪਤਾ ਨਹੀਂ ਪਾਣੀ ਮਾਰ ਕੇ ਰੱਖੇ ਹੋਏ ਸੀ, ਉਸੇ ਸਾਰੇ ਗੰਦੇ ਸੀ, ਤੇਲ ਵਿੱਚ ਪਾਇਆ ਸੀ ਪਲਾਸਟਿਕ ਦੀ ਕਟੋਰੀ ਦੇ ਵਿੱਚ, ਉਹ ਕੱਢਿਆ ਸਾਰਾ ਮੈਂ। ਚਲੋ ਕੋਈ ਗੱਲ ਨਹੀਂ, ਹੁਣ ਕੀ ਕਹਿ ਸਕਦੇ ਹਾਂ, ਹੈ ਨਾ? ਅਤੇ ਹੁਣ ਭਈਆ ਨਹੀਂ ਆ ਜਾਣ, ਫਿਰ ਆਪਾਂ ਅੱਗੇ ਵੇਖਦੇ ਹਾਂ, ਉਹਨਾਂ ਨੂੰ ਵੀ ਲਿਆਉਂਦੇ ਹਾਂ ਅੱਜ, ਵੈਸੇ ਪਹਿਲੇ ਵੀ ਆਏ ਹੋਏ ਆ, ਹੈ ਨਾ ਮੰਮਾ? ਅਤੇ ਚਲੋ। ਸੋ ਮੇਰੇ ਮਾਸੀ ਹੋਣੀ ਆ ਚੁੱਕੇ ਆ, ਬਟ ਉਹ ਥੋੜ੍ਹਾ ਸ਼ਾਇ ਫੀਲ ਕਰਦੇ ਆ, ਮੈਂ ਉਹਨਾਂ ਨੂੰ ਵਲੋਗ 'ਚ ਨਹੀਂ ਲੈਣਾ, ਪਰ ਭਈਆ ਵੀ ਆ ਗਿਆ। ਅਤੇ ਹੁਣ ਅਸੀਂ ਚੱਲੇ ਹਾਂ ਬਾਜ਼ਾਰ ਥੋੜ੍ਹੀ ਜਿਹੀ ਸ਼ੋਪਿੰਗ ਕਰਨ। ਹਾਂ ਮੰਮ, ਹਾਂਜੀ, ਚੱਲੀਏ। ਚਲੋ ਚਲੋ, ਮੈਨੂੰ ਵੀ ਸ਼ੋਪਿੰਗ ਕਰਵਾ ਦਿਓ ਹੁਣ। ਚਲੋ, ਕੀ ਲੈਣਾ ਤੂੰ? ਦੇਖ ਲਾਂਗੀ। ਚਲੋ ਫਿਰ, ਚਲੋ। ਅਤੇ ਹੁਣ ਅਸੀਂ ਜਾ ਕੇ ਅਤੇ ਫਿਰ ਅੱਗੇ ਵੇਖਦੇ ਹਾਂ। ਹੁਣ ਅਸੀਂ ਇੱਥੇ ਆ ਗਏ ਹਾਂ ਸ਼ੂਜ਼ ਵਗੈਰਾ ਲੈਣ।
ਮੰਮਾ ਹਾਂਜੀ ਕਰੋ ਸਟਾਰਟ ਕਰਦੇ ਪਏ ਦੇਖਦੇ ਪਏ ਦੇਖਦੇ ਧਿਆਨ ਲੱਗੇ ਤੁਸੀਂ ਲੈਣਾ ਕੁਛ ਮੈਂ ਲੈ ਦਿੰਦੀ ਹਾਂ ਮੈਂ ਕਹਿਣ ਲੱਗੀ ਸੀ ਮੈਂ ਲੈ ਲੈਂਦੀ ਹਾਂ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਜਾਂਦੇ ਹਾਂ ਫਿਰ ਵੇਖਦੇ ਹਾਂ ਕਿਤੇ ਹੋਰ ਮੰਮਾ ਸਾਹਮਣੇ ਵੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਹੋਈਆਂ ਨੇ ਲੈ ਲਓ ਲਓ ਕੜੀ ਮੈਨੂੰ ਸਾਰੀਆਂ ਹੀ ਵਧੀਆ ਲੱਗੀਆਂ ਪਰ ਸਾਈਜ਼ ਮੇਰਾ ਕੋਈ ਵੀ ਨਹੀਂ ਹੈਗਾ ਬੜੀਆਂ ਸੋਹਣੀਆਂ ਹੈਗੀਆਂ ਪਰ ਕੀ ਲੈ ਲਓ ਕੋਈ ਮਾਨੀ ਆਇਆ ਕੁਛ ਪਸੰਦ ਮਾਨੀ ਆਇਆ ਨੀ ਪਸੰਦ ਪਸੰਦ ਕਰ ਲੈਣ ਦੋ ਜੇ ਤੈਨੂੰ ਪਸੰਦ ਹੀ ਨਾ ਆਰਾਮ ਨਾਲ ਕਿਹਨੂੰ ਪਸੰਦ ਕਰਨਾ ਕਈ ਨੀ ਆਜੂਗਾ ਪਸੰਦ ਠੀਕ ਆ ਚਲੋ ਤੁਸੀਂ ਕਰਾ ਦਿਓ ਨਾਲ ਆਜੂਗਾ ਚਲੋ ਬਸ ਬੇਇੱਜ਼ਤੀ ਜ਼ਿਆਦਾ ਹੋ ਗਈ A few minutes later mamma haanji tusi itthe khade hoye ho main tikki bandi pehi hai acha tikki is bahut famous hai itthe da speciality ki hai ji especially desi ghi di tikki hai te hai vi vadhiya hai bilkul saaf sutri acha baaki dukana vaang ni bilkul saaf safai da vi dhyan rakhde badi famous hai itthe di khushboo to lagdi pehi hai te khaande ni dekhan je theek hai ਮੰਮਾ ਇੱਧਰ ਕਿੰਨਾ ਰਸ਼ ਹੈਗਾ ਬਾਜ਼ਾਰ ਚ ਜੇ ਅਸੀਂ ਆਏ ਐਕਟਿਵਾ ਤੇ ਆ ਤੇ ਫਿਰ ਪੈਦਲ ਕਿਉਂ ਆਪਾਂ ਚੱਲਦੇ ਪਏ ਹਾਂ ਅੱਗੇ ਰਸ਼ ਬੜਾ ਹੁੰਦਾ ਬਾਜ਼ਾਰ ਦੇ ਵਿੱਚ ਰਸ਼ ਬੜਾ ਹੁੰਦਾ ਦੀਵਾਲੀ ਹੁੰਦੀ ਆ ਬੜੀ ਦੇਰ ਬਾਅਦ ਅਸਾਂ ਨਿਕਲੇ ਆ ਅੱਛਾ ਜਾਣੇ ਪਛਾਣੇ ਜੀ ਨੀ ਜਾਣੇ ਪਛਾਣੇ ਜੀ ਨੀ ਚਲੋ ਹੁਣ ਮੇਰੇ ਮਾਸੀ ਲੈਣਾ ਹੈ ਜੈਕਟ ਤੁਸੀਂ ਨਹੀਂ ਲੈਣੀ ਮੈਂ ਵੀ ਦੇਖਦੀ ਹਾਂ ਉਹ ਪਹਿਲਾਂ ਪਸੰਦ ਕਰ ਲੈਂਦੇ ਮੈਨੂੰ ਬੈਲਟ ਲੈ ਦਿਓ ਬੈਲਟ ਲੈ ਦਿਓ ਹਾਂ ਮੈਂ ਸੁਣ ਰਹੀ ਤੇ ਗਿਆ ਮੈਨੂੰ ਬੈਲਟ ਦੀ ਬੈਲਟ ਲੈ ਕੇ ਲਵਾਂਗੀ ਠੀਕ ਹੈ
ਕੋਲਡ ਡਰਿੰਕ ਫੜ ਕੇ ਖੜੇ ਹੋਏ ਕੀ ਕੋਲਡ ਡਰਿੰਕ ਫੜ ਕੇ ਖੜੇ ਹੋਏ ਆ ਤੁਸੀਂ ਅਸੀਂ ਜਾਂਦੇ ਪਏ ਹੋ ਪਸੰਦ ਕਰਦੇ ਪਏ ਮਸਲੇ ਵਾਸਤੇ ਤੇ ਮੈਂ ਇੱਥੇ ਖੜੀ ਹਾਂ ਮੇਰੀ ਬੈਲਟ ਹਜੇ ਵੀ ਨਹੀਂ ਆਈ ਪਹਿਲੀ ਮੈਨੂੰ ਪਸੰਦ ਨਹੀਂ ਆਈ ਤਾਂ ਬੈਲਟ ਹੁਣ ਲੈਣ ਜਾਵਾਂਗੇ ਪਹਿਲੇ ਫਿਰ ਬਾਅਦ ਚੋਂ ਵੇਖਦਿਆਂ ਘਰ ਜਾਂਦੇ ਹਾਂ ਕਿੱਥੇ ਜਾਂਦੇ ਹਾਂ ਅਤੇ ਕੱਪੜੇ ਵਗੈਰਾ ਲੈ ਲੈ ਫਿਰ ਅੱਗੇ ਵੇਖਦੇ ਅਤੇ ਹੁਣ ਅਸੀਂ ਖਾਣ ਲੱਗਿਆ ਮੋਮੋਸ ਕਿਉਂਕਿ ਭੁੱਖ ਬਹੁਤ ਲੱਗ ਗਈ ਸੀ ਚਾਰੋ ਇੱਧਰ ਮੋਮੋਸ ਦੇਖਦੇ ਪਏ ਅਤੇ ਹੁਣ ਭੁੱਖ ਲੱਗ ਗਈ ਹੈ ਮੋਮੋਸ ਖਾ ਕੇ ਫਿਰ ਆਪਾਂ ਘਰ ਜਾਵਾਂਗੇ ਹੈ ਨਾ ਅੰਮਾ ਮੋਮ ਘਰ ਜਾਣਾ ਨਾ ਘਰ ਹੀ ਜਾਣਾ ਹੁੰਦੇ ਤਾਂ ਘਰ ਹੀ ਜਾਵਾਂਗੇ ਅਤੇ ਅਸੀਂ ਘਰ ਆ ਚੁੱਕੇ ਸੀ ਅਤੇ ਮੈਂ ਸੋਚਿਆ ਕਿ ਅੱਜ ਮੈਂ ਕੁਛ ਗੱਲਾਂ ਕਰਦੀਆਂ ਤੁਹਾਡੇ ਨਾਲ ਮੈਂ ਕਾਫੀ ਦੇਰ ਤੋਂ ਦੇਖ ਰਹੀ ਹਾਂ ਜਿਵੇਂ ਕਿ ਕਈ ਲੋਕ ਲਾਈਵ ਹੋ ਕੇ ਮੇਰੇ ਬਾਰੇ ਕਾਫੀ ਰੂਮਰਸ ਫੈਲਾ ਰਹੇ ਆ ਅਤੇ ਮੈਂ ਸੋਚਿਆ ਕਿ ਜੇ ਉਹ ਰੂਮਰਸ ਫੈਲਾ ਰਹੇ ਆ ਮੈਂ ਅੱਜ ਸੱਚ ਦੀ ਕਲੈਰੀਫਿਕੇਸ਼ਨ ਕਰਦਾ ਮੇਨਲੀ ਅੱਜ ਮੈਂ ਗੱਲ ਕਰਾਂਗੀ ਗਰਲਸ ਨਾਲ ਅਗਰ ਹੋਰ ਵੀ ਕਿਸੇ ਨੂੰ ਕੋਈ ਹੈ ਆਪਣੇ ਮਨ ਵਿੱਚ ਕੁਛ ਵੀ ਤਾਂ ਉਹ ਵੀ ਮੈਨੂੰ ਨੋਰਮਲੀ ਦੱਸ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਚੀਜ਼ ਪੁੱਛੂੰਗੀ ਜਾਂ ਗੱਲ ਕਰੂੰਗੀ ਕੋਈ ਵੀ ਜੋ ਪੁਰਾਣਾ ਟਾਈਮ ਸੀ ਪੁਰਾਣੇ ਟਾਈਮ ਵਿੱਚ ਜਿਵੇਂ ਕਿ ਕੁੜੀਆਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਕਿ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ ਜਿਵੇਂ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਪਰਮਿਸ਼ਨ ਨਹੀਂ ਸੀ ਹੁੰਦੀ ਨਾ ਹੀ ਕਿਤੇ ਆਉਣਾ ਨਾ ਹੀ ਕਿਤੇ ਜਾਣਾ ਇੱਕ ਵਾਰੀ ਵਿਆਹ ਹੋ ਗਿਆ ਅਤੇ ਬਸ ਜਿਵੇਂ ਤੁਹਾਡੇ ਹਸਬੈਂਡ ਨੇ ਕਹਿ ਤਾ ਉਵੇਂ ਹੀ ਹੋਊਗਾ ਫਿਰ ਚਾਹੇ ਉਹ ਤੁਹਾਨੂੰ ਮਰਨ ਵਾਸਤੇ ਕਿਉਂ ਨਾ ਕਹਿ ਦੇ ਪੁਰਾਣੇ ਟਾਈਮ ਵਿੱਚ ਜਿਵੇਂ ਕਿ ਜੇਲ੍ਹ ਬਣਾ ਦਿੱਤੀ ਜਾਂਦੀ ਸੀ ਕੁੜੀਆਂ ਵਾਸਤੇ ਜੇ ਉਹੀ ਟਾਈਮ ਅੱਜ ਦੇ ਟਾਈਮ ਵਿੱਚ ਵਾਪਸ ਆ ਜਾਏ ਤਾਂ ਭਲਾ ਇਸ ਟਾਈਮ ਦੀਆਂ ਗਰਲਸ ਉਹ ਚੀਜ਼ਾਂ ਫੇਸ ਕਰ ਸਕਣਗੀਆਂ ਬਾਕੀ ਤੁਹਾਡੇ ਆਪਣੇ ਵਿਊਜ਼ ਆ ਮੈਂ ਆਪਣੀ ਗੱਲ ਕਰਾਂਗੀ ਅੱਜ ਪਰ ਬਾਕੀ ਤੁਹਾਡੇ ਆਪਣੀ ਥਿੰਕਿੰਗ ਹੈ ਤੁਸੀਂ ਕਿੱਦਾਂ ਦੀ ਲਾਈਫ 'ਚ ਰਹਿਣਾ ਚਾਹੁੰਦੇ ਹੋ ਕਿਵੇਂ ਦੀ ਲਾਈਫ 'ਚ ਨਹੀਂ ਰਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਚੀਜ਼ ਕਦੀ ਨਹੀਂ ਸੋਚਾਂਗੀ ਕਿਉਂਕਿ ਮੈਨੂੰ ਮੇਰੇ ਪੇਰੈਂਟਸ ਨੇ ਕਦੀ ਇਹ ਚੀਜ਼ ਇੱਥੇ ਫੀਲ ਨਹੀਂ ਕਰਾਈ ਕਿ ਤੈਨੂੰ ਜਾਂ ਹੋਰ ਵੀ ਕੁੜੀਆਂ ਨੂੰ ਜੇਲ੍ਹ ਵਿੱਚ ਰੱਖਣਾ ਚਾਹੀਦਾ ਪੜ੍ਹਿਆ ਲਿਖਿਆ ਇਨਸਾਨ ਕਦੀ ਵੀ ਇਹ ਚੀਜ਼ਾਂ ਨਹੀਂ ਸੋਚੇਗਾ ਕਿ ਮੈਂ ਇੱਕ ਜੇਲ੍ਹ 'ਚ ਰਵਾਂ ਮੈਂ ਇੰਨਾ ਪੜ੍ਹ ਲਿਖ ਕੇ ਬਸ ਕੰਮ ਵਾਲਾ ਨੌਕਰ ਬਣ ਕੇ ਰਹਿ ਜਾਂ ਕਦੀ ਵੀ ਪੜ੍ਹਿਆ ਲਿਖਿਆ ਇਨਸਾਨ ਜਾਂ ਕਹਿ ਲਓ ਪੜ੍ਹੀ ਲਿਖੀਆਂ ਕੁੜੀਆਂ ਇਹ ਚੀਜ਼ ਕਦੀ ਨਹੀਂ ਕਰਨਗੀਆਂ ਸਭ ਤੋਂ ਜ਼ਿਆਦਾ ਮੈਟਰ ਕਰਦਾ ਹੈ ਇਸ ਚੀਜ਼ ਵਿੱਚ ਸਟੱਡੀ ਕਿਉਂਕਿ ਅਗਰ ਬੰਦੇ ਦੀ ਜਿੰਨੀ ਹਾਇਰ ਐਜੂਕੇਸ਼ਨ ਹੋਏਗੀ ਉੱਨੀ ਉਹਦੀ ਹਾਇਰ ਥਿੰਕਿੰਗ ਵੀ ਹੋਏਗੀ ਸਟੱਡੀ ਤਾਂ ਇਸ ਚੀਜ਼ ਵਾਸਤੇ ਇੰਪੋਰਟੈਂਟ ਹੈ ਹੀ ਹੈ
ਬਟ ਇੰਪੋਰਟੈਂਟ ਹੈ ਇਨਵਾਇਰਮੈਂਟ, ਜਿਹਦੇ ਵਿੱਚ ਇਨਸਾਨ ਰਹਿ ਕੇ ਜਿਵੇਂ ਦੇ ਇਨਵਾਇਰਮੈਂਟ ਵਿੱਚ ਰਹੇਗਾ ਉਵੇਂ ਹੀ ਉਹਦਾ ਦਿਮਾਗ ਚੱਲੇਗਾ, ਉੱਦਾਂ ਹੀ ਉਹ ਅਗਲੇ ਬੰਦੇ ਨੂੰ ਰੱਖੇਗਾ, ਅਗਲੇ ਬੰਦੇ ਨਾਲ ਬਿਹੇਵ ਕਰੇਗਾ ਜਿੱਦਾਂ ਦੇ ਇਨਵਾਇਰਮੈਂਟ ਵਿੱਚ ਉਹਨੇ ਸਭ ਚੀਜ਼ਾਂ ਵੇਖੀਆਂ ਨੇ। ਹੁਣ ਮੈਂ ਪੁੱਛਣਾ ਚਾਹੂੰਗੀ ਗਰਲਸ ਨੂੰ ਕਿ ਅਗਰ ਚਲੋ ਤੁਹਾਡੀ ਮੈਰਿਜ ਹੋ ਜਾਂਦੀ ਹੈ, ਸਭ ਦੀ ਹੋਣੀ, ਅਗਰ ਤੁਹਾਡੀ ਮੈਰਿਜ ਹੋ ਜਾਂਦੀ ਹੈ, ਤੁਹਾਡਾ ਪਾਰਟਨਰ ਬਾਹਰ ਜਾਣ ਲੱਗਿਆ ਤੁਹਾਨੂੰ ਘਰ ਵਿੱਚ ਲੋਕ ਕਰਕੇ ਜਾਏ, ਅਤੇ ਉਹ ਗਰਲਸ ਰਹਿਣਗੀਆਂ ਉਸ ਇਨਸਾਨ ਦੇ ਨਾਲ? ਕਿਉਂਕਿ ਸਾਨੂੰ ਸਾਡੇ ਆਪਣੇ ਘਰਦਿਆਂ ਨੇ ਕਦੀ ਘਰ ਵਿੱਚ ਲੋਕ ਕਰਕੇ ਨਹੀਂ ਛੱਡਿਆ ਕਿ ਪਿੱਛੋਂ ਦੀ ਕੋਈ ਆਉਂਦਾ ਹੋਊਗਾ। ਸਮਝਦਾਰ ਹੋ ਸਾਰੇ ਕਿ ਪਿੱਛੋਂ ਦੀ ਕੋਈ ਆਉਂਦਾ ਹੋਊਗਾ ਸਾਡੇ ਪਿੱਛਿਓਂ? ਅਤੇ ਇਨਸਾਨ ਦਾ ਦਿਮਾਗ ਇੰਨਾ ਜ਼ਿਆਦਾ ਸ਼ੱਕ ਵਹਿਮ ਨਾਲ ਭਰ ਜੇ ਕਿ ਉਹ ਆਪਣੇ ਪਾਰਟਨਰ ਨੂੰ ਘਰ ਦੇ ਵਿੱਚ ਬੰਦ ਕਰਕੇ ਹਮੇਸ਼ਾ ਘਰ ਤੋਂ ਬਾਹਰ ਜਾਏ। ਇਹ ਚੀਜ਼ ਮੇਰੇ ਵਰਗੀ ਤਾਂ ਕਦੀ ਵੀ ਫੇਸ ਨਹੀਂ ਕਰ ਸਕਦੀ, ਕਿਉਂਕਿ ਫੈਕਟ ਜੋ ਹੈ ਇਸ ਚੀਜ਼ ਦਾ, ਮੈਂ ਅੱਜ ਤੱਕ ਇੱਦਾਂ ਦਾ ਇਨਵਾਇਰਮੈਂਟ ਕਦੀ ਨਹੀਂ ਦੇਖਿਆ, ਨਾ ਮੇਰੇ ਪੇਰੈਂਟਸ ਨੇ ਮੈਨੂੰ ਦਿਖਾਇਆ, ਨਾ ਹੀ ਮੈਂ ਅੱਗੇ ਦੇਖਣਾ ਪਸੰਦ ਕਰਾਂਗੀ। ਕਿਉਂਕਿ ਪੜ੍ਹੇ ਲਿਖੇ ਤਾਂ ਸਭ ਹੀ ਹੁੰਦੇ ਆ, ਇਸ ਲਈ ਮੈਂ ਘੱਟ ਪੜ੍ਹੀ ਹੋਈ ਹੋਵਾਂਗੀ। ਕਿਉਂਕਿ ਪਲੱਸ ਟੂ ਤੋਂ ਬਾਅਦ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਸਟਾਰਟ ਕਰਨੀ ਸੀਗੀ ਅਤੇ ਮੈਨੂੰ ਕਿਸੇ ਨੇ ਆਪਣੇ ਸ਼ੱਕ ਵਹਿਮ ਕਰਕੇ ਪੜ੍ਹਨ ਦੀ ਪਰਮਿਸ਼ਨ ਨਹੀਂ ਦਿੱਤੀ ਸੀ, ਉਸ ਚੀਜ਼ ਕਰਕੇ ਕਾਫੀ ਪ੍ਰੋਬਲਮਸ ਫੇਸ ਕੀਤੀਆਂ ਮੈਂ। ਮੇਰਾ ਬਹੁਤ ਮਨ ਸੀ ਪੜ੍ਹਨ ਦਾ, ਕਿਉਂਕਿ ਮੇਰੇ ਘਰ ਦੇ ਇਹ ਚੀਜ਼ ਚਾਹੁੰਦੇ ਸੀ ਕਿ ਸਾਡੇ ਬੱਚੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋਣ, ਪਰ ਕਿਸੇ ਦੇ ਮਨ ਵਿੱਚ ਇਹ ਚੀਜ਼ ਹੈ ਹੀ ਨਹੀਂ ਸੀ। ਕਿਸੇ ਨੂੰ ਸ਼ੱਕ ਸੀਗਾ, ਵਹਿਮ ਸੀਗਾ ਇਸ ਚੀਜ਼ ਦਾ ਕਿ ਇਹ ਕੋਲੇਜ ਨਹੀਂ ਜਾ ਸਕਦੀ, ਪਰ ਉਹਨਾਂ ਦੇ ਆਪਦੇ ਘਰ ਦੇ ਸਾਰੇ ਸਿਬਲਿੰਗਸ, ਸਾਰੇ ਰਿਲੇਟਿਵਸ ਸਾਰੇ ਪੜ੍ਹੇ ਲਿਖੇ ਹੋਣ, ਪਰ ਇਹੀ ਕੁੜੀ ਪੜ੍ਹੀ ਲਿਖੀ ਨਾ ਹੋਵੇ, ਇਹ ਚੀਜ਼ ਮੈਨੂੰ ਸ਼ੁਰੂ ਤੋਂ ਪਸੰਦ ਨਹੀਂ ਸੀ। ਬਟ ਮੈਂ ਫਿਰ ਵੀ ਇਸ ਚੀਜ਼ ਨਾਲ ਕੰਪਰੋਮਾਈਜ਼ ਕੀਤਾ। ਇਹ ਵੀ ਕੋਈ ਛੋਟਾ ਮੋਟਾ ਕੰਪਰੋਮਾਈਜ਼ ਨਹੀਂ ਹੁੰਦਾ, ਜਿਹਨੂੰ ਸ਼ੌਂਕ ਹੈ ਪੜ੍ਹਨ ਦਾ, ਜਿਹਦਾ ਦਿਲ ਹੋਏਗਾ, ਤੁਸੀਂ ਇੱਕ ਵਾਰੀ ਉਸ ਇਨਸਾਨ ਨੂੰ ਪੁੱਛ ਕੇ ਵੇਖਿਓ ਕਿ ਅਗਰ ਉਹਨੂੰ ਪੜ੍ਹਨ ਦੇ ਨਾਲ ਕੰਪਰੋਮਾਈਜ਼ ਕਰਨ ਵਾਸਤੇ ਕਿਹਾ ਜਾਵੇ, ਭਲਾ ਉਹ ਕੰਪਰੋਮਾਈਜ਼ ਕਰੂਗਾ? ਇਹ ਵੀ ਗੱਲ ਸਾਈਡ 'ਤੇ। ਇੱਕ ਟਾਈਮ 'ਤੇ ਜਦੋਂ ਮੇਰੀ ਇੰਗੇਜਮੈਂਟ ਹੋ ਚੁੱਕੀ ਸੀਗੀ, ਉਹ ਤਾਂ ਮੈਂ ਇਸੇ ਕਰਕੇ ਕਰਵਾਈ ਹੋਏਗੀ ਨਾ ਕਿਉਂਕਿ ਮੈਂ ਸੀਰੀਅਸ ਸੀਗੀ ਆਪਣੇ ਰਿਲੇਸ਼ਨਸ਼ਿਪ ਵਿੱਚ, ਮਜ਼ਾਕ ਦੇ ਵਿੱਚ ਤਾਂ ਕੋਈ ਵੀ ਨਹੀਂ ਕਰਵਾਉਂਦਾ, ਓਪੋਜ਼ਿਟ ਨੇ ਵੀ ਮਜ਼ਾਕ ਦੇ ਵਿੱਚ ਤਾਂ ਕਦੀ ਨਹੀਂ ਕਰਵਾਈ ਹੋਏਗੀ, ਰਾਈਟ? ਮੈਂ ਸੀਰੀਅਸ ਸੀ, ਮੈਂ ਆਪਣੀ ਗੱਲ ਕਰੂੰਗੀ ਅੱਜ, ਮੈਂ ਸੀਰੀਅਸ ਸੀਗੀ ਉਸ ਰਿਲੇਸ਼ਨਸ਼ਿਪ ਨੂੰ ਲੈ ਕੇ। ਉਸ ਤੋਂ ਬਾਅਦ ਜਦੋਂ ਮੇਰੀ ਇੰਗੇਜਮੈਂਟ ਹੋ ਗਈ, ਟਾਈਮ ਬੀਤਦਾ ਗਿਆ, ਇੰਗੇਜਮੈਂਟ ਤੋਂ ਪਹਿਲੇ ਜਿਹੜਾ ਰਿਲੇਸ਼ਨਸ਼ਿਪ ਰਿਹਾ ਉਹਦੇ ਵਿੱਚ ਮੈਨੂੰ ਕੁਛ ਚੀਜ਼ਾਂ ਪਤਾ ਲੱਗਣ ਲੱਗ ਪਈਆਂ ਸੀ, ਬਟ ਮੈਨੂੰ ਇੰਨੀਆਂ ਵੱਡੀਆਂ ਨਹੀਂ ਲੱਗੀਆਂ ਕਦੀ ਵੀ, ਜਿਹਦੇ ਕਰਕੇ ਮੈਂ ਉਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ। ਬਟ ਹੌਲੀ 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 ਵਧੀਆ ਤੋਂ ਚੀਜ਼ਾਂ ਵਰਸਟ ਹੁੰਦੀਆਂ ਗਈਆਂ। ਇੱਕ ਟਾਈਮ 'ਤੇ ਅਸੀਂ ਡਿਸੀਜ਼ਨ ਲਿਆ ਚੰਡੀਗੜ੍ਹ ਸ਼ਿਫਟ ਹੋਣ ਦਾ। ਸਭ ਨੂੰ ਇਹ ਚੀਜ਼ ਗਲਤ ਲੱਗੇਗੀ, ਮੇਰੀ ਵੀ ਗਲਤੀ ਸੀ ਇਸ ਚੀਜ਼ ਵਿੱਚ, ਹੁਣ ਮੈਨੂੰ ਪਤਾ ਲੱਗਦਾ ਪਿਆ ਮੇਰੀ ਗਲਤੀ ਸੀ ਉਸ ਚੀਜ਼ ਵਿੱਚ, ਪਰ ਅੱਜ ਦੇ ਟਾਈਮ ਵਿੱਚ ਮੈਂ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਵਿਆਹ ਤੋਂ ਪਹਿਲੇ ਇਕੱਠੇ ਰਹਿਣ ਦਾ ਮੌਕਾ ਮਿਲਿਆ। ਜੇ ਮੈਨੂੰ ਨਾ ਮਿਲਿਆ ਹੁੰਦਾ, ਕਦੇ ਵੀ ਕਿਸੇ ਦਾ ਅਸਲੀ ਚਿਹਰਾ ਮੇਰੇ ਸਾਹਮਣੇ ਨਹੀਂ ਸੀ ਆਉਣਾ। ਇੱਕ ਇਨਸਾਨ ਹੁੰਦਾ ਜਿਹੜਾ ਇਨਸਾਨ ਨੂੰ ਇਨਸਾਨ ਨਹੀਂ ਜਾਨਵਰ ਸਮਝਦਾ,
ਪਰ ਮੈਨੂੰ ਕਿਸੇ ਨੇ ਇਨਸਾਨ ਦੀ ਜਗ੍ਹਾ ਜਾਨਵਰ ਤੱਕ ਨਹੀਂ ਸੀ ਸਮਝਿਆ। ਮੈਂ ਇੰਨੀ ਕੁ ਜ਼ਿਆਦਾ ਵਰਸਟ ਸਿਚੁਏਸ਼ਨ ਫੇਸ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਅਗਲਾ ਬੰਦਾ ਤੁਹਾਨੂੰ ਦੱਸਦਾ ਪਿਆ ਕਿ ਮੈਂ ਡਿਪਰੈਸ਼ਨ ਵਿੱਚ ਹਾਂ, ਪਰ ਡਿਪਰੈਸ਼ਨ ਫੇਸ ਮੈਂ ਕਰਦੀ ਪਈ ਸੀ ਕਿਉਂਕਿ ਮੇਰੀ ਫੈਮਿਲੀ ਨੇ ਕਦੀ ਵੀ ਮੈਨੂੰ ਖਾਣ ਪੀਣ ਤੋਂ ਰੋਕਾ ਟੋਕੀ ਨਹੀਂ ਕੀਤੀ। ਬਟ ਉਸ ਪਰਸਨ ਦੇ ਨਾਲ ਜਦੋਂ ਮੈਂ ਉੱਥੇ ਸ਼ਿਫਟ ਹੋ ਗਈ, ਉਸ ਪਰਸਨ ਦੇ ਨਾਲ ਇੱਦਾਂ ਦੀ ਸਿਚੁਏਸ਼ਨ ਹੈਗੀ ਸੀਗੀ, ਉਹ ਪਰਸਨ ਨੇ ਇੱਦਾਂ ਦੀ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ ਸੀਗੀ ਕਿ ਮੈਨੂੰ ਚਾਹੇ ਜਿੰਨੀ ਮਰਜ਼ੀ ਭੁੱਖ ਲੱਗ ਜਾਏ, ਅਗਰ ਉਸ ਬੰਦੇ ਨੂੰ ਨਹੀਂ ਲੱਗੀ ਨਾ ਤਾਂ ਮੈਂ ਦੋ ਦਿਨ ਵੀ ਰੋਟੀ ਨਹੀਂ ਖਾਊਂਗੀ ਅਗਰ ਉਸ ਬੰਦੇ ਨੂੰ ਦੋ ਦਿਨ ਭੁੱਖ ਨਹੀਂ ਲੱਗੀ। ਇੰਨੀ ਜ਼ਿਆਦਾ ਵਰਸਟ ਸਿਚੁਏਸ਼ਨ ਹੋ ਗਈ ਸੀ। ਅਗਰ ਮੈਂ ਦੋ ਰੋਟੀਆਂ ਵੀ ਖਾ ਲਈਆਂ ਨਾ ਤਾਂ ਜੇ ਮੈਂ ਇੱਕ ਐਕਸਟਰਾ ਲੈ ਹੀ ਲਈ ਹੈ ਖਾਣ ਵਾਸਤੇ, ਮੈਨੂੰ ਉਸ ਚੀਜ਼ ਦੇ ਵੀ ਬੜੇ ਤਾਨੇ ਸੁਣਨ ਨੂੰ ਮਿਲਦੇ ਸੀਗੇ ਕਿ ਰਾਸ਼ਨ ਦੀ ਬਰਬਾਦੀ ਹੋ ਰਹੀ ਹੈ, ਆਪਾਂ ਕਿਉਂ ਪੈਸੇ ਲਿਆਉਣੇ ਆ। ਹੁਣ ਪੈਸਿਆਂ ਤੋਂ ਇੱਕ ਚੀਜ਼ ਹੋਰ, ਅਸੀਂ ਜਦੋਂ ਵੀ ਮਾਰਕੀਟ ਵਗੈਰਾ ਜਾਂਦੇ ਸੀ ਕੁਛ ਨਾ ਕੁਛ ਖਰੀਦਣ, ਜਾਂ ਰਾਤ ਜਿਵੇਂ ਡਿਨਰ ਬਣਾਉਣ ਵਾਸਤੇ, ਲੰਚ ਬਣਾਉਣ ਵਾਸਤੇ, ਅਗਰ ਸਾਨੂੰ ਸਬਜ਼ੀਆਂ ਲਿਆਉਣ ਦੀ ਲੋੜ ਪੈ ਜਾਂਦੀ ਸੀ ਤਾਂ ਅਸੀਂ ਲੈਣ ਜਾਂਦੇ ਸੀ। ਅਤੇ ਅਗਰ ਸ਼ੋਪ 'ਤੇ ਮੈਨੂੰ ਕੋਈ ਫਰੂਟ ਵਧੀਆ ਲੱਗਦਾ ਸੀ ਜਾਂ ਮੈਨੂੰ ਪਸੰਦ ਹੁੰਦਾ ਸੀ ਅਤੇ ਜੇ ਮੈਂ ਉਹ ਵੀ ਮੰਗ ਲੈਂਦੀ ਸੀ ਨਾ, ਮੈਨੂੰ ਉਹਦੇ ਵਾਸਤੇ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਸੀਗੀ ਕਿ ਸਾਡੇ ਕੋਲ ਪੈਸੇ ਨਹੀਂ ਹੈ ਕਿਹਨਾਂ ਵਾਸਤੇ। ਜਦਕਿ ਹਰ ਮਹੀਨੇ 1.5-2 ਲੱਖ ਸਾਨੂੰ ਮਿਲਦਾ ਪਿਆ, ਪਰ ਉਹਦੇ ਵਿੱਚ ਮੈਨੂੰ ਇੱਕ ਵੀ ਰੁਪਿਆ, 1 ਰੁਪਿਆ ਤਾਂ ਬਹੁਤ ਜ਼ਿਆਦਾ ਹੋ ਗਿਆ, ਪੈਸਾ ਵੀ ਖਰਚਣ ਦੀ ਮੈਨੂੰ ਪਰਮਿਸ਼ਨ ਨਹੀਂ ਸੀ ਹੈਗੀ। ਪਰ ਅਸੀਂ ਆਪਣੇ ਘਰਦਿਆਂ ਨੂੰ 10-10, 20-20 ਹਜ਼ਾਰ ਦੇ ਸਕਦੇ ਹਾਂ ਬੜੇ ਆਰਾਮ ਨਾਲ, ਪਰ ਮੈਨੂੰ ਕਦੇ ਕਿਸੇ ਨੂੰ ਕੁਛ ਨਹੀਂ ਪੁੱਛਿਆ, ਨਾ ਹੀ ਮੇਰੇ ਘਰਦਿਆਂ ਬਾਰੇ ਕਿਸੇ ਨੇ ਸੋਚਿਆ। ਮੈਨੂੰ ਤਾਂ ਆਪਣੀ ਯੂਟਿਊਬ ਵਾਸਤੇ ਇਸ ਚੀਜ਼ ਤੱਕ ਵਾਸਤੇ ਟੋਰਚਰ ਕੀਤਾ ਗਿਆ ਹੈ ਕਿ ਇੱਦਾਂ ਦੁਖੀ ਹੋ ਕੇ ਨਹੀਂ ਬਹਿਣਾ, ਅਸੀਂ ਵਲੋਗ ਬਣਾਉਣਾ ਹੈ, ਪੈਸਾ ਕਿੱਥੋਂ ਆਊਗਾ। ਇਸ ਚੀਜ਼ ਤੱਕ ਮੈਨੂੰ ਟੋਰਚਰ ਕੀਤਾ ਗਿਆ ਕਿਸੇ ਨੇ, ਜੋ ਗੱਲਾਂ, ਕਾਫੀ ਗੱਲਾਂ ਇਹਦੇ ਵਿੱਚ ਵੀ ਹੈਗੀਆਂ ਜੋ ਮੈਂ ਹਜੇ ਵੀ ਨਹੀਂ ਕਿਸੇ ਨਾਲ ਕਰ ਸਕਦੀ। ਪਰ ਜਿੱਦਾਂ ਕੋਈ ਲਾਈਫ ਹੋ ਕੇ ਮੇਰੇ ਬਾਰੇ ਰੂਮਰਸ ਫੈਲਾ ਰਿਹਾ ਨਾ, ਮੈਂ ਕਦੀ ਗੱਲ ਕਰਨੀ ਨਹੀਂ ਸੀ, ਪਰ ਹੁਣ ਮੈਂ ਕਰਦੀ ਪਈ ਹਾਂ ਕਿਉਂਕਿ ਅਗਰ ਲੋਕ ਰੂਮਰਸ ਬਣਾ ਰਹੇ ਆ ਮੇਰੇ ਬਾਰੇ, ਫੈਲਾ ਰਹੇ ਆ, ਤਾਂ ਫਿਰ ਮੈਂ ਸੱਚ ਕਿਉਂ ਨਾ ਬੋਲਾਂ। ਹੋਰ ਗੱਲਾਂ, ਮੈਨੂੰ ਇੰਨਾ ਕੁ ਜ਼ਿਆਦਾ ਟੋਰਚਰ ਕਰ ਦਿੱਤਾ ਗਿਆ ਸੀ ਕਿ ਮੈਂ ਡਿਪਰੈਸ਼ਨ ਦੇ ਵਿੱਚ ਆ ਕੇ ਆਪਣੇ ਆਪ ਨੂੰ ਖਤਮ ਤੱਕ ਕਰਨ ਦੀ ਕੋਸ਼ਿਸ਼ 2 ਵਾਰ ਕਰ ਲਿੱਤੀ। ਪਰ ਜੋ ਰੱਬ ਨੂੰ ਮਨਜ਼ੂਰ ਹੋਏਗਾ ਇਨਸਾਨ ਦੇ ਨਾਲ ਉਹੀ ਹੋਏਗਾ। ਇੰਨਾ ਕੁ ਜ਼ਿਆਦਾ ਮੈਂ ਡਿਪਰੈਸ ਹੋ ਗਈ ਸੀਗੀ ਜਿਹਦੇ ਕਰਕੇ ਮੈਂ ਦੀਵਾਰਾਂ ਵਿੱਚ ਆਪਣਾ ਸਿਰ ਮਾਰਨਾ ਸ਼ੁਰੂ ਕਰ ਦਿੱਤਾ ਸੀ। ਅਤੇ ਇਹ ਸਿਚੁਏਸ਼ਨ ਰੋਜ਼ ਹੀ ਚੱਲਦੀ ਸੀਗੀ, ਇੱਕ ਅੱਧਾ ਦਿਨ ਹੋਊਗਾ ਜਿਹਦੇ ਵਿੱਚ ਨਹੀਂ ਚੱਲਦੀ ਹੋਊਗੀ, ਪਰ ਇਹ ਚੀਜ਼ਾਂ ਰੋਜ਼ ਹੁੰਦੀਆਂ ਸੀ। ਜੇ ਮੈਂ ਜ਼ਿਆਦਾ ਤੁਹਾਨੂੰ ਖੁੱਲ੍ਹ ਕੇ ਦੱਸਾਂ ਅੱਜ, ਤਾਂ ਮੈਂ ਦੀਵਾਰਾਂ 'ਚ ਤਾਂ ਸਿਰ ਮਾਰਦੀ ਮਾਰਦੀ ਸੀਗੀ, ਮੈਂ ਕਿੰਨੀਆਂ ਚੀਜ਼ਾਂ ਆਪਣੇ ਸਿਰ 'ਤੇ ਮਾਰ ਕੇ ਤੋੜਤੀਆਂ ਸੀ ਕਿ ਮੈਂ ਇੰਨੀ ਜ਼ਿਆਦਾ ਦੁਖੀ ਹੋ ਚੁੱਕੀ ਸੀ ਉਹਨਾਂ ਚੀਜ਼ਾਂ ਤੋਂ। ਸਾਰਾ ਦਿਨ ਕੰਮ ਕਰਕੇ ਵੀ, ਰੋਟੀਆਂ ਬਣਾ ਕੇ, ਸਾਰਾ ਕੰਮ ਕਰਕੇ, ਸੇਵਾ ਵਿੱਚ ਸਾਰਾ ਦਿਨ ਕੱਢ ਕੇ ਮੇਰਾ ਦਿਲ ਲੱਤਾਂ ਤੱਕ ਘੁੱਟ ਕੇ ਸੌਂਦੀ ਸੀਗੀ। ਅਤੇ ਜੇ ਮੈਂ ਕਿਸੇ ਦਿਨ ਕਹਿ ਦਿੱਤਾ ਨਾ ਕਿ ਮੈਂ ਨਹੀਂ ਘੁੱਟ ਸਕਦੀ, ਮੈਂ ਥੱਕ ਚੁੱਕੀ ਹਾਂ, ਅਤੇ ਅਗਲਾ ਬੰਦਾ ਅੱਗੋਂ ਘੁੱਟਣ 'ਤੇ ਜਾਂਦਾ ਸੀ। ਇਹ ਕਿੱਥੋਂ ਦਾ ਪਿਆਰ ਹੁੰਦਾ ਅੱਜ, ਤੁਸੀਂ ਮੈਨੂੰ ਇਹ ਚੀਜ਼ ਦੱਸੋ। ਸਾਡਾ ਕੋਈ ਭਰਾ ਹੈ, ਅਸੀਂ ਉਹਦੇ ਨਾਲ ਵੀ ਗੱਲ ਨਹੀਂ ਕਰ ਸਕਦੇ, ਨਾ ਹੀ ਅਸੀਂ ਉਹਦੇ ਨਾਲ ਹੈਂਡਸ਼ੇਕ ਕਰ ਸਕਦੇ ਹਾਂ,
ਕਿਉਂਕਿ ਅਗਲਾ ਬੰਦਾ ਸਾਡਾ ਉਸ ਭਰਾ ਦੇ ਨਾਲ ਗਲਤ ਰਿਲੇਸ਼ਨ ਬਣਾ ਦੇਗਾ। ਕਦੇ ਵੀ ਕੋਈ ਕੁੜੀ ਇਹ ਚੀਜ਼ ਨਹੀਂ ਫੇਸ ਕਰੇਗੀ, ਬਿਲਕੁਲ ਵੀ ਨਹੀਂ ਕਰੇਗੀ। ਰੋਜ਼ ਮਰ ਮਰ ਕੇ ਜੀਣਾ, ਇਹਦੇ ਨਾਲ ਚੰਗਾ ਇਨਸਾਨ ਇੱਕੋ ਵਾਰੀ ਮਰ ਕੇ ਆਪਣੀ ਨਵੀਂ ਲਾਈਫ ਸਟਾਰਟ ਕਰ ਲਏ। ਜਿੱਥੇ ਇਨਸਾਨ ਨੂੰ ਆਪਣੀ ਮਰਜ਼ੀ ਦੇ ਨਾਲ ਸਾਹ ਲੈਣ ਦੀ ਪਰਮਿਸ਼ਨ ਨਹੀਂ ਹੈਗੀ, ਉਹ ਇਨਸਾਨ ਸਾਰੀ ਜ਼ਿੰਦਗੀ ਇਹ ਚੀਜ਼ਾਂ ਕਿਵੇਂ ਫੇਸ ਕਰੂਗਾ। ਮੈਂ ਬੜੇ ਆਰਾਮ ਨਾਲ ਆਪਣੀ ਇੰਗੇਜਮੈਂਟ ਤੋਂ ਬਾਅਦ ਆਪਣਾ ਸਟੈਪ ਬੈਕ ਕਰ ਸਕਦੀ ਸੀ, ਪਰ ਮੈਨੂੰ ਸੀ ਕਿ ਇਹ ਚੀਜ਼ਾਂ ਸੁਧਰ ਜਾਣਗੀਆਂ। ਮੈਂ ਬਹੁਤ ਚਾਂਸ ਦਿੱਤੇ ਇਸ ਚੀਜ਼ਾਂ ਵਾਸਤੇ, ਪਰ ਉਹ ਚੀਜ਼ਾਂ ਹੋਰ ਵਰਸਟ ਹੁੰਦੀਆਂ ਗਈਆਂ, ਜਿਹਦੇ ਕਰਕੇ ਹੁਣ ਤੁਸੀਂ ਖੁਦ ਸੋਚ ਲਓ, ਮੈਂ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਲਿੱਤੀ। ਉਹ ਚੀਜ਼ਾਂ ਛੋਟੀਆਂ ਨਹੀਂ ਹੋਣਗੀਆਂ, ਬਿਲਕੁਲ ਵੀ ਨਹੀਂ ਹੋਣਗੀਆਂ। ਫਿਰ ਲੋਕ ਕਹਿੰਦੇ ਆ ਕਿ ਲੋਕ ਸਾਨੂੰ ਤਾਂ ਛੱਡ ਜਾਂਦੇ ਆ ਕਿ ਅਸੀਂ ਮੋਮੋਜ਼ ਨਹੀਂ ਖਵਾਉਂਦੇ ਉਹਨਾਂ ਨੂੰ। ਜਦ ਮੈਂ ਸਹੀ ਗੱਲ ਦੱਸਾਂ ਤਾਂ ਤੁਹਾਨੂੰ ਰੋਟੀ ਵਾਲੀ ਗੱਲ ਤੋਂ ਪਤਾ ਲੱਗ ਹੀ ਚੁੱਕਿਆ ਹੈਗਾ ਕਿ ਮੈਨੂੰ ਆਪਣੀ ਮਰਜ਼ੀ ਨਾਲ ਕੁਛ ਵੀ ਖਾਣ ਦੀ ਪਰਮਿਸ਼ਨ ਸੀ ਨਹੀਂ ਕਦੀ ਵੀ। ਜੇ ਮੈਂ ਕੁਛ ਐਕਸਟਰਾ ਵੀ ਮੰਗ ਲੈਂਦੀ ਸੀ ਨਾ, ਉਹਦੇ ਵਿੱਚ ਪੈਸੇ ਨਹੀਂ ਸੀ ਹੁੰਦੇ ਕਿਸੇ ਕੋਲ ਮੇਰੇ ਵਾਸਤੇ। ਮੈਨੂੰ ਕੁਛ ਹੋਰ ਵੀ ਚਾਹੀਦਾ ਹੁੰਦਾ ਸੀ ਨਾ, ਜਾਂ ਮੈਨੂੰ ਜ਼ਰੂਰਤ ਹੁੰਦੀ ਸੀ, ਮੈਨੂੰ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਸੀ, ਅਤੇ ਮੈਂ ਆਪਣੇ ਘਰਦਿਆਂ ਨੂੰ ਫੋਨ ਕਰਦੀ ਸੀ ਕਿ ਤੁਸੀਂ ਇਹ ਚੀਜ਼ ਲੈ ਕੇ ਮੇਰੇ ਵਾਸਤੇ ਭੇਜ ਦਿਓ। ਇੱਕ ਟਾਈਮ 'ਤੇ ਜਿਹੜਾ ਲੋਕਾਂ ਨੇ ਕਿਹਾ ਕਿ 99 ਨੈਗੇਟਿਵਿਟੀਆਂ, 99 ਪੋਜ਼ਿਟਿਵਿਟੀਆਂ ਅਤੇ ਇੱਕ ਨੈਗੇਟਿਵਿਟੀ ਹੋਵੇ ਤਾਂ ਉਹ ਇਨਸਾਨ ਉਸ ਚੀਜ਼ ਨੂੰ ਨਹੀਂ ਭੁੱਲ ਸਕਦਾ। ਇੱਕ ਨੈਗੇਟਿਵਿਟੀ ਹੋਏਗੀ ਇਨਸਾਨ ਭੁੱਲ ਜਾਏਗਾ, ਪਰ ਮੇਰੇ ਨਾਲ 99 ਨੈਗੇਟਿਵਿਟੀਆਂ ਅਤੇ ਇੱਕ ਪੋਜ਼ਿਟਿਵਿਟੀ ਸੀਗੀ। ਉਸ ਚੀਜ਼ ਨੂੰ ਪਿਆਰ ਨਹੀਂ ਕਿਹਾ ਜਾਂਦਾ। ਇੱਕ ਪੁਆਇੰਟ 'ਤੇ ਆ ਕੇ ਉਸ ਪਰਸਨ ਨੇ ਮੈਨੂੰ ਇੱਦਾਂ ਦੀ ਸਿਚੁਏਸ਼ਨ ਦੇ ਦਿੱਤੀ ਕਿ ਮੈਂ ਸਾਰੀ ਜ਼ਿੰਦਗੀ ਨਾ ਤੈਨੂੰ ਮਰਨ ਜੋਗਾ ਛੱਡਾਂਗਾ, ਨਾ ਤੈਨੂੰ ਜੀਣ ਜੋਗਾ ਛੱਡਾਂਗਾ, ਤੂੰ ਮਰ ਮਰ ਕੇ ਜੀਏਂਗੀ ਚਾਹੇ ਸਾਰੀ ਜ਼ਿੰਦਗੀ ਰੋਂਦੀ ਰਹਿ, ਪਰ ਤੂੰ ਕਦੇ ਵੀ ਸਟੈਪ ਬੈਕ ਨਹੀਂ ਕਰੇਂਗੀ ਮੇਰੇ ਤੋਂ, ਪਰ ਮੈਂ ਇੱਦਾਂ ਹੀ ਤੈਨੂੰ ਆਪਣੀ ਜੁੱਤੀ ਦੀ ਨੋਕ 'ਤੇ ਰੱਖਾਂਗਾ, ਜਿਵੇਂ ਕਹਿੰਦੇ ਆ ਇਸ਼ਾਰਿਆਂ 'ਤੇ ਨਚਾਵਾਂਗਾ ਕਿ ਤੂੰ ਮੈਨੂੰ ਪੁੱਛ ਕੇ ਬਾਹਰ ਤੱਕ ਨਹੀਂ ਜਾਣ ਦੇ ਸਕਦੀ। ਮੈਨੂੰ ਮੇਰੇ ਘਰਦਿਆਂ ਤੱਕ ਨਾ ਗੱਲ ਕਰਨ ਦੀ ਪਰਮਿਸ਼ਨ ਨਹੀਂ ਸੀ, ਕਿਉਂਕਿ ਅਗਰ ਮੈਂ ਆਪਣੇ ਘਰਦਿਆਂ ਨਾਲ ਗੱਲ ਕਰਦੀ ਵੀ ਸੀ ਨਾ, ਉਹ ਇਨਸਾਨ ਮੇਰੇ ਪਿੱਛੇ ਪਿੱਛੇ ਗੱਲਾਂ ਸੁਣਦਾ ਸੀ ਕਿ ਮੇਰੀਆਂ ਕਰਤੂਤਾਂ ਹੀ ਆਪਣੇ ਘਰਦਿਆਂ ਨੂੰ ਨਾ ਦੱਸਦੇ। ਇਸ ਚੀਜ਼ 'ਤੇ ਵੀ ਕਿਸੇ ਨੇ ਕਿਹਾ ਸੀ, ਉਸ ਕੁੜੀ ਦਾ ਘਰ ਕਦੇ ਵੀ ਨਹੀਂ ਵੱਸਦਾ ਜੋ ਆਪਣੇ ਘਰ ਦੀਆਂ ਗੱਲਾਂ ਆਪਣੀ ਮਾਂ ਨੂੰ ਫੋਨ ਕਰਕੇ ਦੱਸੇਗੀ, ਨਹੀਂ ਵੱਸਦਾ। ਜਦੋਂ ਚੀਜ਼ਾਂ ਬਹੁਤ ਜ਼ਿਆਦਾ ਵਰਸਟ ਹੋ ਗਈਆਂ ਨਾ, ਜਦੋਂ ਮੈਂ ਸਾਰਾ ਸਾਰਾ ਦਿਨ ਰੋਣਾ ਸ਼ੁਰੂ ਕਰ ਦਿੱਤਾ ਸੀ, ਫਿਰ ਮੈਂ ਇਹ ਚੀਜ਼ ਨਹੀਂ ਸੋਚੀ। ਫਿਰ ਮੈਂ ਖੁਦ ਆਪਣੇ ਘਰਦਿਆਂ ਨੂੰ ਕਿਹਾ ਕਿ ਮੈਂ ਇਹ ਚੀਜ਼ਾਂ ਫੇਸ ਨਹੀਂ ਕਰਨੀਆਂ। ਔਰ ਜਿਸ ਦਿਨ ਮੈਂ ਆਪਣੇ ਘਰਦਿਆਂ ਨੂੰ ਕਿਹਾ, ਉਸ ਦਿਨ ਤੁਸੀਂ ਖੁਦ ਸੋਚੋ, ਜੇ ਮੇਰੇ ਘਰਦਿਆਂ ਨੇ ਇਹ ਚੀਜ਼ ਤੱਕ ਨਹੀਂ ਸੋਚੀ ਕਿ ਸਾਡੀ ਕੁੜੀ ਉੱਥੇ ਰਹਿ ਕੇ ਆਈ ਆ, ਉਸ ਕੁੜੀ ਦਾ ਹਾਲ ਕਿੱਦਾਂ ਦਾ ਹੋਊਗਾ। ਜਦੋਂ ਮੈਂ ਇਹਨਾਂ ਚੀਜ਼ਾਂ ਕਰਕੇ ਇੰਨੀ ਦੁਖੀ ਸੀਗੀ ਕਿ ਮੇਰੇ ਫੇਸ ਤੋਂ ਵਲੌਗਸ ਵਿੱਚ ਸ਼ੋਅ ਹੋਣ ਲੱਗ ਪਿਆ ਸੀ ਕਿ ਇਹ ਕੁੜੀ ਬਹੁਤ ਦੁਖੀ ਹੈ, ਉਸ ਟਾਈਮ ਕਿਸੇ ਨੂੰ ਮੇਰਾ ਦੁੱਖ ਨਹੀਂ ਵਿਖਿਆ। ਅੱਜ ਜੇ ਮੈਂ ਜੇਲ੍ਹ 'ਚੋਂ ਬਾਹਰ ਨਿਕਲ ਕੇ ਆਪਣੀ ਨਵੀਂ ਜ਼ਿੰਦਗੀ ਸਟਾਰਟ ਕਰਦੀ ਪਈ ਹਾਂ, ਖੁਸ਼ ਰਹਿ ਰਹੀ ਹਾਂ, ਤਾਂ ਅੱਜ ਮੇਰੀ ਖੁਸ਼ੀ ਸਾਰਿਆਂ ਨੂੰ ਚੁੱਭਦੀ ਪਈ ਹੈ। ਪਰ ਮੈਨੂੰ ਕਿਸੇ ਚੀਜ਼ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ, ਮੈਨੂੰ ਜਿਨ੍ਹਾਂ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਨਾ, ਮੈਂ ਅੱਜ ਕਹਿੰਦੀ ਹਾਂ ਉਹਨਾਂ ਦਾ ਥੈਂਕ ਯੂ ਸੋ ਮੱਚ, ਕਿਉਂਕਿ ਮੈਨੂੰ ਉਮੀਦ ਨਹੀਂ ਸੀ ਮੈਨੂੰ ਸਪੋਰਟ ਇੰਨੀ ਮਿਲੂਗੀ, ਪਰ ਮੈਨੂੰ ਜਿੰਨੀ ਕੁ ਜ਼ਿਆਦਾ ਸਪੋਰਟ ਮਿਲੀ ਹੈ ਨਾ, ਰੱਬ ਦਾ ਵੀ ਸ਼ੁਕਰ ਹੈ ਉਸ ਚੀਜ਼ ਵਿੱਚ। ਇੱਕ ਟਾਈਮ 'ਤੇ ਆ ਕੇ, ਕਿਉਂਕਿ ਉਸ ਬੰਦੇ ਨੇ ਮੈਨੂੰ ਆਪ ਇਹ ਸਿਚੁਏਸ਼ਨ ਦਿੱਤੀ ਕਿ ਹਾਂ
ਜਾਂ ਤਾਂ ਤੂੰ ਮੈਨੂੰ ਚੂਜ਼ ਕਰ ਲੈ ਜਾਂ ਆਪਣੇ ਘਰਦਿਆਂ ਨੂੰ ਚੂਜ਼ ਕਰ ਲੈ, ਪਰ ਤੂੰ ਚੂਜ਼ ਮੈਨੂੰ ਕਰ। ਮੈਂ ਤੈਨੂੰ ਸਿਚੁਏਸ਼ਨ ਦਿੱਤੀ ਆ, ਪਰ ਤੂੰ ਚੂਜ਼ ਮੈਨੂੰ ਹੀ ਕਰੇਂਗੀ। ਤੂੰ ਮੈਨੂੰ ਚੂਜ਼ ਕਰ, ਮੈਂ ਤੈਨੂੰ ਤੇਰੇ ਘਰਦਿਆਂ ਨਾਲ ਕਦੇ ਮੂੰਹ ਨਹੀਂ ਲੱਗਣ ਦੇਣਾ, ਤੈਨੂੰ ਤੇਰੇ ਘਰਦੇ ਛੱਡਣੇ ਪੈਣਗੇ। ਉਸ ਇਨਸਾਨ ਵਿੱਚ 99 ਨੈਗੇਟਿਵਿਟੀਆਂ, ਮੇਰੇ ਘਰਦਿਆਂ ਵਿੱਚ 99 ਪੋਜ਼ਿਟਿਵਿਟੀਆਂ, ਜਿਹੜੇ ਮੈਨੂੰ ਰੋਣ ਤੱਕ ਨਹੀਂ ਦਿੰਦੇ, ਜਿਨ੍ਹਾਂ ਨੂੰ ਮੇਰੇ ਰੋਣ ਤੋਂ ਦੁੱਖ ਹੈਗਾ, ਜਿਨ੍ਹਾਂ ਨੂੰ ਨਹੀਂ ਪਸੰਦ ਸਾਡੀ ਕੁੜੀ ਇੰਨਾ ਰੋਵੇ, ਦੁਖੀ ਰਹੇ, ਅਤੇ ਮੈਂ ਉਹਨਾਂ ਨੂੰ ਛੱਡ ਕੇ ਸਾਰੀ ਜ਼ਿੰਦਗੀ ਰੋਂਦੀ ਰਹਾਂ, ਅਤੇ ਕੋਈ ਕਿਸੇ ਨੂੰ ਮੇਰੀ ਕਦਰ ਨਾ ਹੋਵੇ, ਤਾਂ ਫਿਰ ਮੈਂ ਕਿਹਨੂੰ ਚੂਜ਼ ਕਰਾਂਗੀ? ਤੁਹਾਡੇ ਸਾਹਮਣੇ ਹੀ ਹੈ ਕਿ ਮੈਂ ਚੂਜ਼ ਕਿਹਨੂੰ ਕੀਤਾ ਅਤੇ ਕਿਹਨੂੰ ਚੂਜ਼ ਨਹੀਂ ਕੀਤਾ। ਜਿਹੜੇ ਹੁੰਦੇ ਆ ਨਾ, ਜਿਨ੍ਹਾਂ ਨੂੰ ਦੁਨੀਆਦਾਰੀ ਦੀ ਸਮਝ ਲੱਗ ਚੁੱਕੀ ਹੁੰਦੀ ਆ ਕਾਫੀ, ਜਾਂ ਕਹਿ ਲਓ 25 ਦੀ ਏਜ ਤੋਂ ਬਾਅਦ ਜਿੰਨੇ ਵੀ ਲੋਕ ਆਉਂਦੇ ਆ, ਗਰਲਜ਼ ਜਾਂ ਬੋਇਜ਼, ਜਿਹੜੇ ਐਕਸਪੀਰੀਅੰਸਡ ਮੰਨੇ ਜਾਂਦੇ ਆ, ਉਹਨਾਂ ਨੂੰ ਨਾ ਇਨਸਾਨਾਂ ਦੀ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਹੈ ਕਿਹੜਾ ਕਿਵੇਂ ਦਾ। ਲੋਕ ਸਿੰਪਥੀਆਂ ਗੇਨ ਕਰ ਰਹੇ ਆ, ਪਰ ਮੈਂ ਸਿੰਪਥੀ ਗੇਨ ਕਰਨ ਨਹੀਂ ਆਈ, ਮੈਂ ਉਸ ਚੀਜ਼ ਬਾਰੇ ਬੋਲਣ ਆਈ ਹਾਂ ਜੋ ਲੋਕ ਮੇਰੇ ਬਾਰੇ ਰਿਊਮਰਸ ਫੈਲਾ ਰਹੇ ਆ। ਕਿਉਂਕਿ ਮੈਂ ਜੇਲ੍ਹ 'ਚੋਂ ਨਿਕਲ ਕੇ ਖੁਸ਼ ਹਾਂ। ਇੱਕ ਟਾਈਮ 'ਤੇ ਇਨਸਾਨ ਨੂੰ ਕਾਫੀ ਫੀਲ ਹੁੰਦਾ, ਪਰ ਪਹਿਲੇ ਵੀ ਮੈਂ ਇਹ ਚੀਜ਼ ਕਹੀ ਹੈ ਕਿ ਰੋਜ਼ ਮਰਨ ਨਾਲੋਂ ਚੰਗਾ ਇਨਸਾਨ ਇੱਕੋ ਵਾਰੀ ਵੱਡਾ ਮਰ ਲਏ, ਪਰ ਬਾਅਦ 'ਚੋਂ ਆਪਣੀ ਨਵੀਂ ਲਾਈਫ ਜ਼ਰੂਰ ਸਟਾਰਟ ਕਰ ਲਏ। ਇਸ ਗੱਲ 'ਤੇ ਸਾਰੇ ਜਣੇ ਇੱਕ ਵਾਰੀ ਗੌਰ ਜ਼ਰੂਰ ਕਰਿਓ, ਅਤੇ ਜਿਹੜੇ ਮੁੰਡੇ ਮੈਨੂੰ ਗਲਤ ਕਹਿ ਰਹੇ ਆ ਨਾ, ਉਹਨਾਂ ਨੂੰ ਇੱਕ ਵਾਰੀ ਪੁੱਛਣਾ ਚਾਹੂੰਗੀ, ਸਿਰਫ ਜੋ ਮੈਂ ਗੱਲਾਂ ਕਹੀਆਂ ਨਾ, ਇੱਕ ਵਾਰੀ ਉਹ ਚੀਜ਼ ਸੋਚ ਕੇ ਆਪਣੀ ਭੈਣ ਨੂੰ, ਜੇ ਭੈਣ ਨਹੀਂ ਹੈਗੀ ਨਾ ਜ਼ਿੰਦਗੀ 'ਚ, ਕਦੇ ਵਿਆਹ ਤਾਂ ਕਰਵਾਓਗੇ ਨਾ, ਬਾਪ ਵੀ ਬਣੋਗੇ, ਆਪਣੀ ਕੁੜੀ ਨੂੰ ਮੇਰੀ ਜਗ੍ਹਾ ਖੜ੍ਹਾ ਕਰਕੇ ਦੇਖੋ। ਸਿਰਫ ਇੱਕ ਵਾਰੀ ਸੋਚੋ ਕਿ ਤੁਸੀਂ ਉਹ ਚੀਜ਼ ਆਪਣੇ ਬੱਚਿਆਂ ਨਾਲ ਦੇਖ ਕੇ ਖੁਸ਼ ਰਹੋਗੇ? ਉਹਨੂੰ ਕਹੋਗੇ ਕਿ ਤੂੰ ਸਾਰੀ ਜ਼ਿੰਦਗੀ ਰੋ, ਪਰ ਅਸੀਂ ਤੈਨੂੰ ਉਧਰੋਂ ਵਾਪਿਸ ਨਹੀਂ ਲਿਆਉਣਾ, ਕਿਉਂਕਿ ਸਾਨੂੰ ਤੇਰੀ ਖੁਸ਼ੀ ਨਾਲੋਂ ਫਿਕਰ ਲੋਕਾਂ ਦੀ ਹੈ, ਮੇਰੀ ਫੈਮਿਲੀ ਇਵੇਂ ਦੀ ਨਹੀਂ ਹੈਗੀ। ਬੇਸ਼ੱਕ ਮੈਂ ਘੱਟ ਪੜ੍ਹੀ ਸੀ, ਪਰ ਮੇਰੀ ਥਿੰਕਿੰਗ ਪੜ੍ਹੇ ਲਿਖਿਆਂ ਵਾਲੀ ਆ। ਕਾਫੀ ਲੋਕਾਂ ਨੂੰ ਵਲੌਗਸ ਵਿੱਚ ਵੀ ਪਤਾ ਲੱਗਾ ਇਸ ਚੀਜ਼ ਬਾਰੇ। ਅੱਜ ਮੈਂ ਕਹੂੰਗੀ, ਆਉਣ ਵਾਲੇ ਟਾਈਮ ਵਿੱਚ ਨਾ ਮੈਂ ਬਹੁਤ ਪੜ੍ਹੂੰਗੀ, ਅਤੇ ਇਸ ਗੱਲ 'ਤੇ ਹੁਣ ਗੌਰ ਜ਼ਰੂਰ ਕਰਿਓ ਕਿ 99 ਨੈਗੇਟਿਵਿਟੀਆਂ ਸੋਚ ਕੇ ਇੱਕ ਪੋਜ਼ਿਟਿਵਿਟੀ ਦੇ ਨਾਲ ਕਦੇ ਵੀ ਟਾਈਮ ਨਹੀਂ ਸਪੈਂਡ ਹੁੰਦਾ, ਬਿਲਕੁਲ ਵੀ ਨਹੀਂ ਹੁੰਦਾ। ਅਤੇ ਅਸੀਂ ਥੱਕ ਬਹੁਤ ਚੁੱਕੇ ਸੀ, ਅਤੇ ਅਸੀਂ ਖਾਣਾ ਵਗੈਰਾ ਖਾ ਕੇ ਅਤੇ ਹੁਣ ਆਰਾਮ ਨਾਲ ਬੈਠ ਚੁੱਕੇ ਹਾਂ, ਅਤੇ ਮੈਂ ਫੋਨ ਯੂਜ਼ ਕਰਦੀ ਪਈ ਸੀ, ਅਤੇ ਮੈਂ ਨਾ ਮੈਸੇਜ ਰਿਕੁਐਸਟ ਚੈੱਕ ਕਰਦੀ ਪਈ ਸੀ, ਅਤੇ ਉਹਦੇ ਵਿੱਚ ਨਾ ਕਾਫੀ ਲੋਕਾਂ ਦੇ ਮੈਸੇਜਿਸ ਇਸ ਚੀਜ਼ ਬਾਰੇ ਆ ਰਹੇ ਆ, ਅਤੇ ਮੈਂ ਹੁਣ ਚੈੱਕ ਕੀਤੇ, ਅਤੇ ਮੈਂ ਸੋਚਿਆ ਵੀ ਚੀਜ਼ ਹੁਣ ਐਂਡਿੰਗ 'ਚ ਬੋਲ ਹੀ ਦੇਵਾਂ ਕਿ ਤੂੰ ਮਾਂ ਦਾ ਪੁੱਤ ਨਸ਼ਿਆਂ 'ਤੇ ਲਾਤਾ। ਤਾਂ ਮੈਂ ਐਵੇਂ ਚੀਜ਼ ਇੱਕ ਵਾਰ ਕਲੀਅਰ ਕਰਦਾ ਕਿ ਮੈਂ ਆਉਣ ਲੱਗਿਆ ਤਾਂ ਕਿਸੇ ਨੂੰ ਹੱਥ 'ਚ ਕੋਈ ਚੀਜ਼ ਨਹੀਂ ਫੜਾ ਕੇ ਆਈ ਨਾ, ਕਿ ਲੈ ਫੜ ਕਰ ਤੂੰ ਜੋ ਮਰਜ਼ੀ ਕਰ ਇਹਦੇ ਨਾਲ। ਮੈਂ ਕਿਉਂ ਨਹੀਂ ਇਹ ਚੀਜ਼ਾਂ ਕਰਦੀ ਪਈ? ਕਿਉਂਕਿ ਮੈਂ ਇੱਦਾਂ ਦੀ ਨਹੀਂ ਹੈਗੀ, ਨਾ ਹੀ ਮੈਨੂੰ ਇਹਨਾਂ ਚੀਜ਼ਾਂ ਕਰਨ ਦਾ ਸ਼ੌਂਕ ਹੈਗਾ, ਨਾ ਹੀ ਮੈਂ ਤਮਾਸ਼ਾ ਬਣਾਉਂਗੀ। ਉਸ ਇਨਸਾਨ ਦੀਆਂ ਇਹ ਨਸ਼ੇ ਵਾਲੀਆਂ ਚੀਜ਼ਾਂ ਕਾਫੀ ਟਾਈਮ ਤੋਂ ਚੱਲਦੀਆਂ ਆ ਰਹੀਆਂ ਨੇ, ਬਸ ਤੁਹਾਨੂੰ ਹੁਣ ਦਿਖਾਉਣੀਆਂ ਸ਼ੁਰੂ ਕੀਤੀਆਂ ਉਹਨੇ, ਤਾਂ ਕਿ ਉਸ ਬੰਦੇ ਵਾਸਤੇ ਤੁਹਾਡੇ ਮਨ ਵਿੱਚ ਸਿੰਪਥੀ ਹੋਵੇ ਕਿ ਉਹ ਬੰਦਾ ਸਹੀ ਹੈ। ਪਰ ਜੋ ਸਹੀ ਹੈ ਜੋ ਗਲਤ ਹੈ ਉਹ ਸਭ ਨੂੰ ਪਤਾ ਹੋਣਾ ਚਾਹੀਦਾ। ਤੁਸੀਂ ਵੀ ਆਪਣੇ ਵਿਊਜ਼ ਹੁਣ ਜੋ ਮੈਂ ਪਹਿਲੇ ਗੱਲਾਂ ਕੀਤੀਆਂ ਸੀ ਨਾ, ਉਹਦੇ
ਆਪਣੇ ਵਿਊਜ਼ ਉਸ ਬਾਰੇ ਕਮੈਂਟਸ ਵਿੱਚ ਇੱਕ ਵਾਰ ਮੈਨੂੰ ਜ਼ਰੂਰ ਦੱਸਿਓ। ਮੈਨੂੰ ਇਹ ਵੀ ਪਤਾ ਹੈ ਲੋਕ ਹਜੇ ਵੀ ਮੈਨੂੰ ਬਹੁਤ ਗਲਤ ਬੋਲਣਗੇ, ਬਹੁਤ ਬਹੁਤ ਜ਼ਿਆਦਾ ਮਤਲਬ ਜਿਵੇਂ ਕਹਿ ਦਿੰਦੇ ਆ ਨਾ ਕਿ ਇਮੇਜ ਖਰਾਬ ਬਣਾ ਦੇਣਗੇ, ਬਟ ਮੈਨੂੰ ਉਸ ਚੀਜ਼ ਤੋਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਮੈਨੂੰ ਮੇਰੇ ਘਰਦਿਆਂ ਦੀ ਅਤੇ ਹੋਰ ਵੀ ਕਾਫੀ ਜਣਿਆਂ ਦੀ ਸਪੋਰਟ ਮਿਲਦੀ ਪਈ ਆ ਜੋ ਮੈਨੂੰ ਬਹੁਤ ਪਿਆਰ ਕਰਦੇ ਪਏ ਆ, ਅਤੇ ਮੈਂ ਮੇਰੇ 'ਤੇ ਲੋਕਾਂ ਦੀਆਂ ਗੱਲਾਂ ਇਫੈਕਟ ਨਹੀਂ ਕਰਨਗੀਆਂ ਹੁਣ ਬਿਲਕੁਲ ਵੀ। ਅਤੇ ਇਹ ਜੋ ਤੁਸੀਂ ਕਹਿ ਰਹੇ ਹੋ ਨਾ ਇਹ ਇੰਗੇਜਮੈਂਟ ਰਿੰਗ ਉਤਾਰਦੇ ਹੁਣ, ਇਹ ਕੋਈ ਇੰਗੇਜਮੈਂਟ ਰਿੰਗ ਨਹੀਂ ਹੈ, ਅਤੇ ਇਹ ਮੈਂ ਆਪ ਖਰੀਦੀ ਹੋਈ ਹੈ, ਅਤੇ ਧਿਆਨ ਨਾਲ ਚੈੱਕ ਕਰ ਲਓ ਐਡਜਸਟੇਬਲ ਹੈਗੀ ਹੈ ਅਤੇ ਆਰਟੀਫਿਸ਼ੀਅਲ ਹੈ ਜੋ ਕਿ ਮੈਂ ਆਪ ਖਰੀਦੀ ਆ। ਇੰਗੇਜਮੈਂਟ ਰਿੰਗ ਇੱਦਾਂ ਦੀ ਕਦੀ ਵੀ ਨਹੀਂ। ਅਤੇ ਇਹ ਜਿਹੜਾ ਟੈਟੂ, ਇਹ ਜੋ ਤੁਸੀਂ ਟੈਟੂ ਕਹਿ ਰਹੇ ਹੋ ਇਹਦਾ ਵੀ ਖਾਤਮਾ ਨਾ ਬਹੁਤ ਸੂਨ ਹੋਊਗਾ, ਇਹਦੀ ਵੀ ਤੁਸੀਂ ਚਿੰਤਾ ਨਾ ਕਰੋ। ਅਤੇ ਇੱਥੇ ਹੀ ਹੁਣ ਆਪਾਂ ਕਰਾਂਗੇ ਵਲੋਗ ਦਾ ਐਂਡ, ਅਤੇ ਜੇ ਵਲੋਗ ਵਧੀਆ ਲੱਗੇਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ, ਅਤੇ ਅਸੀਂ ਹੁਣ ਨੈਕਸਟ ਵਲੋਗ 'ਚ ਮਿਲਾਂਗੇ।